ਜ਼ਿਲ੍ਹਾ ਸੰਗਰੂਰ ਦੇ ਵਿੱਚ ਬਣੇ ਨਕਲੀ ਹਰਿਮੰਦਰ ਦੀ ਦਿੱਖ ਨੂੰ ਬਦਲਾਉਣ ਦੇ ਲਈ ਪਿਛਲੇ 4 ਦਿਨਾਂ ਤੋਂ ਭਵਾਨੀਗੜ੍ਹ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਮਰਨ ਵਰਤ ਦੇ ਉੱਪਰ ਬੈਠੇ ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਦਾ ਮਰਨ ਵਰਤ ਅੱਜ ਸਮਾਪਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ ਵੱਲੋਂ ਮਰਨ ਵਰਤ ਦੇ ਉੱਪਰ ਬੈਠੇ ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਦੇ ਕੋਲ 4 ਮੈਂਬਰੀ ਕਮੇਟੀ ਨੇ ਪਹੁੰਚ ਕੇ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ 1 ਮਹੀਨੇ ਦੇ ਅੰਦਰ ਅੰਦਰ ਸੰਗਰੂਰ ਵਿਖੇ ਬਣੇ ਨਕਲੀ ਹਰਿਮੰਦਰ ਦੀ ਦਿੱਖ ਨੂੰ ਬਦਲਵਾ ਦੇਣਗੇ। 4 ਮੈਂਬਰੀ ਕਮੇਟੀ ਵੱਲੋਂ ਵਿਸ਼ਵਾਸ ਦਿਲਾਉਣ ਤੋਂ ਬਾਅਦ ਪੁਰਸ਼ੋਤਮ ਸਿੰਘ ਫੱਗੂਵਾਲਾ ਨੇ ਆਪਣੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਖਿਰਕਾਰ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ। ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਨੇ ਆਜ਼ਾਦ TV ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੀ ਨਹੀਂ ਸੱਚਾਈ ਦੀ ਅਤੇ ਪੰਥ ਦੀ ਜਿੱਤ ਹੋਈ ਹੈ। ਭਵਾਨੀਗੜ੍ਹ ਤੋਂ ਸੁਖਚੈਨ ਸੋਨੀ, ਆਜ਼ਾਦ TV। ਜਿਸ ਮਕਸਦ ਨੂੰ ਲੈ ਕੇ ਸਰਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਬੈਠੇ ਸਨ, ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਡੀ 4 ਮੈਂਬਰੀ ਕਮੇਟੀ ਬਣਾਈ, ਜਿਸ ਵਿੱਚ ਸਾਡੇ ਐਗਜੈਕਟਿਵ ਦੇ ਮੈਂਬਰ ਸਰਦਾਰ ਹਰਦੇਵ ਸਿੰਘ ਰੋਗਲਾ ਜੀ, ਸਰਦਾਰ ਮਲਕੀਤ ਸਿੰਘ ਚੰਗਾਲ, ਕਰਨੈਲ ਸਿੰਘ ਪੰਜੋਲੀ ਅਤੇ ਮੇਰਾ ਨਾਮ ਭੁਪਿੰਦਰ ਸਿੰਘ ਭਲਵਾਨ। ਸਾਡੇ ਆਧਾਰ 'ਤੇ ਕਮੇਟੀ ਬਣਾਈ ਗਈ ਆ ਅਤੇ ਮੈਂ ਉਹਦੇ ਵਿਸ਼ਵਾਸ ਦੀ ਗੱਲ 'ਤੇ ਆਉਣਾ ਜੀ। ਉਹਦੇ 'ਚ ਕੋਈ ਵੀ ਸਿੱਖ ਨਹੀਂ ਚਾਹੁੰਦਾ ਵੀ ਹਰਿਮੰਦਰ ਸਾਹਿਬ ਦੀ ਨਕਲ ਹੋਵੇ, ਕਿ ਉਹ ਹਰਿਮੰਦਰ ਸਾਹਿਬ ਉਹ ਸਥਾਨ ਆ ਜਿਹੜਾ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਬਣਾਇਆ ਜੀ। ਦੇ ਭਰੋਸੇ 'ਤੇ ਮੈਂ ਇਹਨਾਂ ਨੂੰ ਭਰੋਸਾ ਦਿੱਤਾ ਵੀ ਅਸੀਂ 1 ਮਹੀਨੇ ਦੇ ਵਿੱਚ ਵਿੱਚ ਰਿਪੋਰਟਾਂ ਵੀ ਦੇ ਕੇ ਅਤੇ ਉਹ ਜੋਰ ਦੀ ਦਿੱਖ ਬਦਲਣੀ ਆ ਉਹ ਵੀ 1 ਮਹੀਨੇ ਦੇ ਵਿੱਚ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ। ਉਹਦੀ ਦਿੱਖ ਬਦਲੀ ਜਾਊਗੀ ਜੀ? ਬਿਲਕੁਲ ਬਦਲੀ ਜਾਊ ਜੀ। ਕੀ ਜੋ ਇਹਨਾਂ ਨੇ ਬੰਦਿਆਂ ਨੇ ਹਰਕਤ ਕੀਤੀ ਹੈ ਹਰਿਮੰਦਰ ਸਾਹਿਬ ਦੇ ਨਾਲ ਮਿਲਦੀ ਜੁਲਦੀ ਦਿੱਖ ਬਣਾਉਣ ਦੀ, ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਕਰੋਗੇ? ਜਿਹਨੇ ਇਹ ਕਾਰਵਾਈ ਕੀਤੀ ਉਹ ਬੰਦਾ ਰੱਬ ਨੂੰ ਪਿਆਰਾ ਹੋ ਗਿਆ ਜੀ। ਬਾਕੀ ਬੈਠੇ ਨੇ ਉੱਥੇ ਜਿਹੜੇ ਬੈਠੇ ਨੇ ਉਹ ਕੇਵਲ ਪ੍ਰਬੰਧਕ ਨੇ, ਉਦੋਂ ਬਾਅਦ ਉਹਦਾ ਕੋਈ ਕੰਮ ਨਹੀਂ ਹੋਇਆ। ਅਤੇ ਸਾਡੀ ਕੋਸ਼ਿਸ਼ ਆ ਜਿਹੜੀ ਗੱਲ ਮੈਂ ਅੱਜ ਇੱਥੇ ਵਿਸ਼ਵਾਸ ਦਵਾਇਆ ਪ੍ਰਧਾਨ ਜੀ ਦੇ ਆਧਾਰ 'ਤੇ ਉਹਨੂੰ ਅਸੀਂ ਪੂਰਾ ਕਰਾਂਗੇ। SGPC ਦੀ ਰਾਜਨੀਤੀ ਦਬਾਅ ਹੇਠਾਂ ਵੀ ਦਬੀ ਰਹੀ ਹੈ ਜਿਹੜਾ? ਨਹੀਂ, ਬਿਲਕੁਲ ਨਹੀਂ ਜੀ, ਕੋਈ ਰਾਜਨੀਤੀ ਦਬਾਅ ਨਹੀਂ, ਕਿਉਂ ਉੱਥੇ ਦੇ ਜਿਹੜੇ ਪ੍ਰਬੰਧਕ ਨੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਉਹ ਖੁਦ ਚਾਹੁੰਦੇ ਨੇ ਵੀ ਇਹ ਦਿੱਖ ਨੂੰ ਬਦਲਿਆ ਜਾਏ। ਹੋਈ ਹੈ ਪ੍ਰਧਾਨ ਵੱਲੋਂ, ਬੇਸ਼ੱਕ ਪਹਿਲਾਂ ਵੀ ਕਮੇਟੀਆਂ ਨਿਯੁਕਤ ਹੋਈਆਂ ਨੇ, ਉਹ ਅਮਲ ਨਹੀਂ ਹੋਇਆ, ਲੇਕਿਨ ਅੱਜ ਜਿਹੜੀ ਕਮੇਟੀ ਅਪੁਆਇੰਟ ਹੋਈ ਹੈ ਉਹ ਮੇਰੇ ਕੋਲ ਪਹੁੰਚੀ ਹੈ। ਮੈਨੂੰ ਵਿਸ਼ਵਾਸ ਕਰਨਾ ਚਾਹੀਦਾ, ਮੈਂ ਵਿਸ਼ਵਾਸ ਕਰਕੇ ਉਹਨਾਂ ਦੀ ਉਡੀਕ ਕਰਾਂਗੇ ਵੀ ਕੀ ਉਹ ਲੜਾਈ ਨੂੰ ਇਸ ਨੂੰ ਸੰਗੀਨਤਾ ਨਾਲ ਲੈਂਦੇ ਹੋਏ ਮਾਮਲੇ ਦਾ ਹੱਲ ਕਰਨ ਵੱਲ ਵਧਣਗੇ ਜਾਂ ਕੀ। ਭਰੋਸਾ ਦਵਾਇਆ ਤੁਹਾਨੂੰ? ਉਹਨਾਂ ਨੇ ਭਰੋਸਾ ਦਵਾਇਆ ਵੀ 1 ਮਹੀਨੇ ਦੇ ਵਿੱਚ ਅਸੀਂ ਦਿੱਖ ਬਦਲਣ ਦੇ ਲਈ ਅਸੀਂ ਪੂਰਨ ਰੂਪ ਦੇ ਵਿੱਚ ਇਹਨੂੰ ਅੱਗੇ ਤੁਰਾਂਗੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ 'ਤੇ ਭਾਈ ਸਾਹਿਬ ਭਾਈ ਪੁਰਸ਼ੋਤਮ ਸਿੰਘ ਜੀ ਨੇ ਜੋ ਜਦੋਜਹਿਦ ਕੀਤੀ, ਸਾਡੀ ਸਮੁੱਚੀ ਜਥੇਬੰਦੀ ਸਤਿਗੁਰੂ ਜੀ ਦੇ ਸ਼ੁਕਰਗੁਜ਼ਾਰ ਹੈ। ਸਾਡੇ ਕੋਈ ਲਫ਼ਜ਼ ਨਹੀਂ, ਸਤਿਗੁਰੂ ਨੇ ਕਿਰਪਾ ਕਰਕੇ ਜਿਹੜੀ ਸਮੱਸਿਆ ਦਾ ਹੱਲ ਕੀਤਾ। ਅਸੀਂ ਸਮਝਦੇ ਹਾਂ ਕਿ ਭਾਈ ਪੁਰਸ਼ੋਤਮ ਸਿੰਘ ਦੀ ਜਦੋਜਹਿਦ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਜਿਹੜੀ ਇਹ ਸਮੱਸਿਆ ਕੌਮ ਦੇ ਵਿੱਚ ਪੈਦਾ ਹੋਈ ਸੀ, ਦੁਬਿਧਾ ਪੈਦਾ ਹੋਈ ਸੀ, ਉਹ ਖਤਮ ਹੋ ਜਾਏਗੀ। ਅਤੇ 1 ਮਹੀਨੇ ਦੇ ਵਿੱਚ ਵਿੱਚ ਜੋ ਸ਼੍ਰੋਮਣੀ ਕਮੇਟੀ ਨੇ ਭਰੋਸਾ ਦਵਾਇਆ, ਸਾਨੂੰ ਉਮੀਦ ਹੈ ਉਹ ਲਾਗੂ ਕਰ ਦੇਣਗੇ।